हाँ जी, सत श्री अकाल जी, स्वागत है ਤੁਹਾਡਾ ਫਾਰਮਰ ਐਂਡ ਕਰਾਪਸ ਚੈਨਲ ਤੇ। ਅੱਜ ਨੀਰਾ ਵੱਢ ਰਹੇ ਕਿਸਾਨ ਵੀਰੋ, ਤੇ ਇੱਕ ਚੀਜ਼ ਦਿਸੀ ਹੈ ਤੁਹਾਨੂੰ ਦਿਖਾਉਣੀ ਹੈ, ਅੰਡੇ ਹੈ ਜੀ। ਕਾਹਦੇ ਅੰਡੇ ਮਾਤੇ? ਚਿੜੀ ਦੇ ਹੋਣਗੇ ਸ਼ਾਇਦ, ਸਮਝ ਨਹੀਂ ਆ ਰਹੀ। ਨੀਰਾ ਵੱਢਦੇ ਤੋਂ ਦਿਸੇ ਜੀ, ਇਹ ਲਾਲ ਜਿਹੇ ਰੰਗ 'ਚ ਹੈ, ਵੀਰਾਂ ਜਿਹੇ ਵਰਗੇ ਮਲੇ ਨੇ ਵਰਗੇ, ਤੇ ਪਾਸੇ ਪਾਸੇ ਸਾਰੇ ਵੱਢ ਲਏ ਨੀਰਾ, ਅਤੇ ਬਾਬਾ ਟਾਈਮ 'ਤੇ ਦਿਸ ਗਿਆ। ਹੁਣ ਸਮਝ ਨਹੀਂ ਆ ਰਹੀ ਕੱਲ੍ਹ ਨੂੰ ਬਿਜਾਈ ਕਰਨੀ ਹੈ ਵੀ ਕੀ ਕੀਤਾ ਜਾਵੇ। ਇੱਥੋਂ ਚੱਕ ਕੇ ਇਹਨਾਂ ਨੂੰ ਪਾਸੇ ਰੱਖ ਗਏ ਕਿ ਇੱਥੇ ਖੜ੍ਹੇ ਰਹਿਣ ਦੇਗੇ ਇਹਨਾਂ ਨੂੰ? ਜੇ ਇੱਥੇ ਰਹਿਣਗੇ ਤਾਂ ਇਹਨਾਂ ਨੂੰ ਧੁੱਪ ਲੱਗੂ, ਹੈ ਨਾ? ਅੱਗੇ ਤਾਂ ਆਸੇ ਪਾਸੇ ਨੀਰਾ ਸੀ। ਕੀ ਕਹਿਣਾ ਤੁਹਾਡਾ? ਮੇਰੇ ਹਿਸਾਬ ਨਾਲ ਤਾਂ ਥੱਲੇ ਟਾਂਡਾ ਕੱਟ ਕੇ ਅਤੇ ਉੱਧਰ ਸ਼ੋਰਜ ਦੇ ਵਿੱਚ ਉੱਧਰ ਰੱਖ ਦੇ ਸ਼ਹਿਰ 'ਤੇ। ਬਾਕੀ ਇਹਨਾਂ ਵੀਰਾਂ ਨੂੰ ਪੁੱਛ ਲਓ ਕੀ ਕਹਿੰਦੇ। ਸਹੀ ਗੱਲ, ਦੱਸਿਓ ਤੁਸੀਂ, ਸੁਝਾਅ ਦੇਣਗੇ ਆਪਣੇ ਆਪਣੇ ਵੀ ਕੀ ਕੀਤਾ ਜਾਵੇ। ਦੱਸਿਓ ਜੀ, ਕੱਲ੍ਹ ਤਾਂ ਫਿਰ ਨੀਰਾ ਬੀਜਣਾ, ਹੁਣ ਤਾਂ ਰੂਟਾ ਵੀਟਰ ਵੀ ਲੰਘ ਜੀ ਉੱਧਰ ਦੀ। ਫਿਰ ਇਕੱਲਾ ਇੱਥੇ ਧੁੱਪ ਲੱਗੂਗੀ ਨਾ, ਲੰਘ ਤਾਂ ਜਾਊਗਾ, ਧੁੱਪ ਲਗਾ ਲਾਂਗੇ ਫਿਰ ਉਹ ਭੁੱਲਣਾ ਜਾਵੇ। ਆਪਣੇ ਤਾਂ ਬੱਚੇ ਚਿੜੀ ਦੇ ਨਹੀਂ ਮਰਦੇ, ਲੋਕ ਬੰਦੇ ਮਾਰ ਦਿੰਦੇ ਕਿ ਨਹੀਂ? ਸਹੀ ਗੱਲ, ਚਲੋ ਇੱਕ ਤਾਂ ਸਾਨੂੰ ਸੁਝਾਅ ਇਹ ਦਿਓ ਵੀ ਇਹਨਾਂ ਨੂੰ ਚੱਕ ਕੇ ਪਾਸੇ ਕਰੀਏ, ਅਤੇ ਦੂਜੇ ਨੰਬਰ 'ਤੇ ਵੀ ਕਾਹਦੇ ਅੰਡੇ ਲੱਗਦੇ ਲਾਲ ਜੀ, ਇਹ ਮਲੇ ਨਰਗੇ ਜੀ, ਬੜੇ ਗਲਤ ਥਾਂ 'ਤੇ ਪਏ। ਠੀਕ ਹੈ ਜੀ।